ਬਲਜਿੰਦਰ ਸਿੰਘ ਧੰਬਰ ਵੱਲੋਂ ਪੈਰ ਪੈਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਟੀਵੀ ਤੁਸੀਂ ਵੱਖ ਵੱਖ ਪ੍ਰੋਗਰਾਮ ਦੇਖਦੇ ਹੋ, 24 ਘੰਟੇ ਚੱਲਦਾ, ਰਾਈਟ ਕ੍ਰੋਸ ਦੁਨੀਆ ਭਰ ਵਿੱਚ ਇਹਨੂੰ ਦੇਖਿਆ ਜਾਂਦਾ। ਫੇਸਬੁੱਕ ਅਤੇ ਯੂਟਿਊਬ 'ਤੇ ਵੱਖ ਵੱਖ ਜਗ੍ਹਾ 'ਤੇ ਵੀ ਸਾਨੂੰ ਬਹੁਤ ਭਰਮਾ ਹੰਗਾਰਾ ਮਿਲਦਾ, ਭਰਮਾ ਹੰਗਾਰਾ ਦਿੰਦੇ ਰਹੋ। ਤੁਹਾਡਾ ਆਪਣਾ ਹੀ ਚੈਨਲ ਪੰਜਾਬ ਟੀਵੀ ਖਬਰਾਂ ਇੰਡੀਆ ਤੋਂ ਰਾਈਟ ਕ੍ਰੋਸ ਦਾ ਵਰਲਡ ਇੰਟਰਨੈਸ਼ਨਲ ਖਬਰਾਂ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਇਸੇ ਹੀ ਚੈਨਲ 'ਤੇ। ਤੁਹਾਡਾ ਆਪਣਾ ਹੀ ਚੈਨਲ ਪੰਜਾਬ ਟੀਵੀ, punjabtv.ca 'ਤੇ ਜਾ ਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਸਾਡੇ ਸਟੂਡੀਓ ਵਿੱਚ ਬਹੁਤ ਸਾਰੇ ਮਹਿਮਾਨ ਪਹੁੰਚਦੇ ਹਨ, ਕੋਈ ਐਸੇ ਮਹਿਮਾਨ ਹੁੰਦੇ ਆ ਜਿਹੜੇ ਦੁਨੀਆ ਭਰ ਵਿੱਚ ਰੌਸ਼ਨੀ ਕਰੀ ਬੈਠੇ ਹੁੰਦੇ ਆ, ਪਰ ਸਾਨੂੰ ਉਹਨੂੰ ਮਿਲਦਾ ਕਦੇ ਮੌਕਾ ਨਹੀਂ ਮਿਲਦਾ। ਟੀਵੀ 'ਤੇ ਦੇਖ ਲਈਦਾ, ਖੇਡਦੇ ਦੇਖ ਲਈਦਾ, ਜਾਂ ਕਿਤੇ ਉਹਨਾਂ ਦੀ ਫੋਟੋ ਲੱਗੀ ਦੇਖ ਲਈਦੀ ਅਖਬਾਰ ਦੇ ਵਿੱਚ, ਪਰ ਜਦੋਂ ਮਿਲਦੇ ਹਾਂ ਤਾਂ ਬੰਦਾ ਸੋਚਦਾ ਵੀ ਸੱਚੀ ਇਹ ਇਨਸਾਨ ਆ, ਵੀ ਇੱਥੇ ਦੇ ਹੀ ਹਨ, ਇੱਥੇ ਜੰਮੇ ਪਲੇ ਆ, ਇਸ ਧਰਤੀ ਤੋਂ ਹੀ ਹਨ। ਤਾਂ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਮਿਲ ਕੇ। ਲੰਘੇ ਦਿਨੀ ਸਾਡੇ ਮਿਸਸਾਗਾ ਦੇ ਵਿੱਚ GT ਏਰੀਆ ਟੋਰਾਂਟੋ ਦੇ ਵਿੱਚ ਬਹੁਤ ਵਧੀਆ ਫੰਕਸ਼ਨ ਹੋ ਗਏ ਹੜਿਆ। ਕਈ ਵਾਰੀ ਆਪਾਂ ਇੱਧਰ ਦੇ ਫੰਕਸ਼ਨ ਮਿਸ ਕਰ ਦੇਈਦੇ ਆ, ਪਰ ਮੈਨੂੰ ਉੱਥੇ ਪਹੁੰਚਣ ਦਾ ਮੌਕਾ ਮਿਲਿਆ। ਓਲੰਪੀਅਨਸ, ਚੈਂਪੀਅਨਸ, ਐਥਲੈਟਿਕਸ ਤੋਂ ਵੱਖ ਵੱਖ ਕੰਟਰੀਜ਼ ਤੋਂ ਉੱਥੇ ਇਹ ਲੋਕ ਪਹੁੰਚੇ ਹੋਏ ਸਨ, ਜਿਹਨਾਂ ਸਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ। ਮਲਕੀਤ ਸਿੰਘ ਉਹਨਾਂ ਟੀਮ ਨੇ ਅਰੇਂਜ ਕੀਤਾ ਸੀ ਪ੍ਰੋਗਰਾਮ। ਮਲਕੀਤ ਸਿੰਘ ਖੁਦ ਓਲੰਪੀਅਨ ਵੀ ਹਨ, ਐਥਲੈਟਿਕ ਵਿੱਚ ਬਹੁਤ ਸਾਰੇ ਇਹਨਾਂ ਨੇ ਇਨਾਮ ਜਿੱਤੇ। ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ, ਯੁਗਾਂਡਾ ਤੋਂ ਪਹੁੰਚੇ ਹੋਏ ਹਨ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ, ਸਾਡੇ ਮਹਿਮਾਨ ਹਨ ਅਤੇ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ। ਮਲਕੀਤ ਸਿੰਘ ਜੀ, ਬਲਜਿੰਦਰ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਮੇਰੇ ਜਿਹੇ ਨਿਮਾਣੇ ਇਨਸਾਨ ਨੂੰ ਆਪਣਾ ਕੀਮਤੀ ਵਕਤ ਦਿੱਤਾ ਇੱਥੇ ਆਉਣ ਦਾ, ਅਤੇ ਨਾਲੇ ਮੈਂ ਸਾਰੀਆਂ ਸੰਗਤਾਂ ਜੋ ਵੀ ਮੇਰੇ ਸ਼ੋਅ 'ਤੇ ਮੈਨੂੰ ਅੱਜ ਦੇਖ ਰਹੇ ਵਿੱਚ, ਉਹਨਾਂ ਨੂੰ ਸਾਰੇ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਬੁਲਾਉਣਾ। ਅਤੇ ਸਾਰਿਆਂ ਨੂੰ ਮੇਰੇ ਜਿਹੜੇ ਈਸਟ ਅਫਰੀਕਾ ਦੇ ਪੁਰਾਣੇ ਦੋਸਤ ਕਿਹੜੇ ਯਾਦ ਕਰ ਰਹੇ ਸੀ ਮੇਰੇ ਦੇਖਦੇ ਹੋਣ, ਉਹਨਾਂ ਨੂੰ ਕਿ ਯਾਦ ਕਰਾਵਾਂ ਪੁਰਾਣੀ ਜਵਾਨੀ। ਜੰਬੋ, ਸਾਰਿਆਂ ਨੂੰ ਮੈਂ ਜੰਬੋ ਕਹਿੰਦਾ, ਜੰਬੋ ਸਾਨਾ ਕਹਿੰਦਾ, ਮੇਰੇ ਜਿਹੜੇ ਦੋਸਤ ਨੇ ਸਲਾਮ ਏਕਮ, ਦੂਸਰਿਆਂ ਨੂੰ ਪ੍ਰਣਾਮ ਕਰਦਾ ਸਾਰਿਆਂ ਨੂੰ। ਔਰ ਅੱਜ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੂਹਰੇ ਮੈਂ ਆਇਆ ਅਤੇ ਕਈ ਪੁਰਾਣੀਆਂ ਯਾਦਾਂ ਤੁਹਾਨੂੰ ਕਰਾਵਾਂਗਾ। ਯਾਦਾਂ ਯਾਦ ਕਰਦੇ ਹਾਂ ਆਪਾਂ, ਪਹਿਲਾਂ ਆਪਾਂ ਮਾਪੇ ਤੋਂ ਹੀ ਸ਼ੁਰੂਆਤ ਕਰਦੇ ਹਾਂ, ਯੁਗਾਂਡਾ ਦੀ ਗੱਲਬਾਤ ਕਰਦੇ ਹਾਂ। ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਹੋ ਅਤੇ ਉੱਥੇ ਕਿੱਦਾਂ ਪਹੁੰਚੇ? ਇੰਡੀਆ ਦੇ ਵਿੱਚ ਬਲਜਿੰਦਰ ਜੀ, ਸਾਡੇ ਬਜ਼ੁਰਗਾਂ ਦਾ ਜਨਮ ਪਿੰਡ ਜੱਜੇ ਕਲਾਂ ਦੇ ਵਿੱਚ ਹੋਇਆ, ਫਲੋਰ ਦੇ ਲਾਗੇ ਆ ਜੀ। ਅਤੇ ਉੱਥੋਂ ਉਹਨਾਂ ਨੇ 1942 ਦੇ ਵਿੱਚ ਅਫਰੀਕਾ ਜਾਣ ਦਾ ਉਪਰਾਲਾ ਕੀਤਾ। ਅਫਰੀਕਾ ਤੋਂ ਉੱਥੋਂ ਦੇਖੋ ਕਿੱਥੋਂ ਨਾ ਕਿੱਥੋਂ ਇਨਸਾਨ ਚੱਲਦਾ, ਅਤੇ ਉਹ ਜਦੋਂ ਬੰਬੇ ਤੋਂ ਅਫਰੀਕਾ ਦੇ ਜਾ ਰਹੇ ਸੀਗੇ ਜੀ, ਉਹਨਾਂ ਦੇ ਵਿੱਚ 1400 ਬੰਦਾ ਸੀ, ਇੱਕ ਜਹਾਜ਼ ਸੀਗਾ, ਸੈਕਿੰਡ ਵਰਲਡ ਵਾਰ ਸੀਗੀ, ਅਤੇ ਟਲਾਵਾ ਜਹਾਜ਼ ਦੇ ਵਿੱਚ ਉਹ ਅਫਰੀਕਾ ਦੀ ਸੇਲ ਕਰਨ ਦੀ ਤਿਆਰੀ ਚਾਲੂ ਕੀਤੀ। ਅਤੇ ਉਹਦੇ ਵਿੱਚ ਤਕਰੀਬਨ 2-3-4 ਦਿਨ ਬਾਅਦ ਸਮੁੰਦਰ ਦੇ ਵਿੱਚ ਉਹਨਾਂ ਦਾ ਜਿਹੜਾ ਜਹਾਜ਼ ਸੀਗਾ ਸੈਕਿੰਡ ਵਰਲਡ ਵਾਰ 'ਚ, ਜੈਪਨੀਜ਼ ਨੇ ਤਾਰਪੀਡੋ ਮਾਰੀ। 12 ਵਜੇ ਰਾਤ ਨੂੰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ, ਗੁਰਪੁਰਬ ਦਾ ਭੋਗ ਪਾਇਆ, ਅਤੇ 10 ਮਿੰਟ ਬਾਅਦ ਉਹਨਾਂ ਨੂੰ ਬੰਬ ਉਹਨਾਂ ਨੇ ਮਾਰਿਆ, ਅਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਸਟੀਮਰ ਸੀਗਾ ਉਹ ਡੁਬੋ ਦਿੱਤਾ ਗਿਆ। ਔਰ ਇਹਦੇ ਵਿੱਚ 1 ਵਜੇ ਦੱਸਦੇ ਸੀਗੇ ਇੱਕ ਹੋਰ ਸਬਮਰੀਨ ਲੱਗੀ, ਜਿਹਦੇ ਵਿੱਚ ਬੰਦੇ ਪਤਾ ਨਹੀਂ ਕਿੱਥੇ ਕਿੱਥੇ ਗਏ। ਤਾਂ ਉਸ ਦਿਨ ਦੇ ਵਿੱਚ ਉਹ ਸਮੁੰਦਰ ਦੇ ਵਿੱਚ 3 ਦਿਨ ਉਹਦੇ ਵਿੱਚ ਕੁਛ ਫੱਟੇ ਦੇ ਉੱਤੇ ਰਹੇ, ਅਤੇ ਉਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਰੈਸਕਿਊ ਕੀਤਾ ਗਿਆ, ਅਤੇ ਬਾਅਦ ਦੇ ਵਿੱਚ ਉਹ ਬੰਬੇ ਲੈ ਗਏ ਜੀ। ਉਹਨਾਂ ਨੇ ਫਿਰ ਵੀ ਆਪਣਾ ਜਿਹੜਾ ਉਪਰਾਲਾ ਇੱਦਾਂ ਦਾ ਕੀਤਾ, ਹੱਟ ਨਹੀਂ ਛੱਡਿਆ। ਉਹਨਾਂ ਨੇ ਫਿਰ ਆਪਣੀ ਤਿਆਰੀ ਕੀਤੀ ਜਾ ਕੇ ਕਿ ਜਿਹਨੂੰ ਰੱਬ ਰੱਖੇ ਉਹਨੂੰ ਮਾਰਾ ਕੌਣ। ਉਹਨਾਂ ਨੇ ਫਿਰ ਅਫਰੀਕਾ ਦੇ ਵਿੱਚ ਆਏ, ਜਿੰਜੇ ਦੇ ਵਿੱਚ ਉਹ ਵਾਪਸ ਉੱਥੋਂ ਉਸ ਸਟੀਮਰ ਵਾਪਸ ਹੋਰ ਜਗ੍ਹਾ ਪਹੁੰਚੇ। ਪਹੁੰਚ ਕੇ ਉੱਥੇ ਮੇਰਾ ਜਨਮ ਹੋਇਆ, ਔਰ ਜਦੋਂ ਜਨਮ ਹੋਇਆ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ, ਪੁੱਤਰ ਮੇਰੀ ਇੱਕ ਗੱਲ ਯਾਦ ਰੱਖੀ ਕਿ ਮੇਰੀ ਜ਼ਿੰਦਗੀ ਵਿੱਚ ਮੈਂ ਤਾਂ ਮਰ ਚੁੱਕਾ, ਲੇਕਿਨ ਡਰੀ ਅਤੇ ਰੱਬ ਤੋਂ ਡਰੀ, ਮੌਤ ਤੋਂ ਡਰੇਗੀ ਤੂੰ ਮੌਤ ਤੋਂ ਨਾ ਡਰੀ। ਸੋ ਉਹਨਾਂ ਦੀ ਮੈਂ ਹਰ ਚੀਜ਼ ਯਾਦ ਰੱਖਦਾ। ਆਹ ਉਹਨਾਂ ਦੇ ਕੜਾ ਉਸ ਟਾਈਮ ਦੇ ਉੱਤੇ ਸਮੁੰਦਰ ਵਿੱਚ ਪਾਇਆ ਹੋਇਆ ਸੀ, ਔਰ ਇਹ ਕੜਾ ਮੈਂ ਅੱਜ ਆਪਣੇ ਕੋਲ ਪਾਇਆ। ਆਹ ਮੇਰੀ ਇੱਕ ਮਾਂ ਦੀ ਨਿਸ਼ਾਨੀ ਆ, ਪੱਗ ਦੀ ਜਿਹੜੀ ਚਮਕ ਹੈ, ਜਦੋਂ ਮੇਰਾ ਵਿਆਹ ਸੀ ਹੋਇਆ, ਉਹਨੇ ਆਪਣੇ ਹੱਥੀਂ ਮੇਰੇ ਪੱਗ ਨੂੰ ਇਹ ਚਮਕ ਲਾਈ ਸੀ, ਤਾਂ ਕਹਿੰਦੀ ਪੁੱਤਰ ਤੂੰ ਬੜਾ ਸੋਹਣਾ ਲੱਗਦਾ, ਇਹਨੂੰ ਲਾ ਕੇ ਰੱਖੀ। ਅਤੇ ਅੱਜ ਤੱਕਰ ਮੈਂ ਉਹ ਛੱਡੀ ਨਹੀਂ, ਅੱਜ ਮੇਰੇ ਮਾਂ ਵੀ ਮੇਰੇ ਨਾਲ ਜਿੰਦੀ ਆ, ਆ ਪੱਗ ਜਗਮਗਮਗ ਕਰਦੀ ਆ, ਆਹ ਉਹਨਾਂ ਦਾ ਕੜਾ ਮੇਰੇ ਨਾਲ ਆ, ਅਤੇ ਮੇਰੇ ਨਾਲ ਮੇਰੇ ਮਾਂ ਬਾਪ ਆ, ਜੋ ਕੁਛ ਮੇਰੇ ਵਿੱਚ ਹੈ ਉਹਨਾਂ ਕਰਕੇ ਹੈ, ਨਾ ਕਿਸੇ ਕੰਟਰੀਆਂ ਕਰਕੇ। ਸੋ ਇਹ ਮੈਂ ਤੁਹਾਨੂੰ ਦੱਸਦਾ ਕਿ ਗੁਰੂ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦਾ ਮੈਂ। ਤੁਹਾਡੀ ਸਪੋਰਟ ਸੀ, ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ, ਤੁਹਾਡੇ ਮਾਪੇ ਕੀ ਕਰਦੇ ਸੀਗੇ? ਉਹ ਜੀ, ਜਦੋਂ ਉਹ ਅਫਰੀਕਾ 'ਚ ਪਹੁੰਚੇ ਆ, ਪਹਿਲਾਂ ਉਹਨਾਂ ਨੇ ਆਪਣਾ ਲੱਕੜੀ ਦਾ ਕੰਮ, ਕਾਰਪੈਂਟਰੀ ਵਗੈਰਾ ਦਾ ਕੰਮ ਕੀਤਾ, ਹੌਲੀ ਹੌਲੀ ਥੋੜ੍ਹੇ ਚਿਰ ਬਾਅਦ ਉਹਨਾਂ ਨੇ ਫਿਰ ਆਪਣਾ ਕੰਮ ਚਾਲੂ ਕਰ ਲਿਆ।
ਕੰਸਟਰਕਸ਼ਨ ਦਾ ਬਿਜ਼ਨਸ ਕੰਟਰੈਕਟ ਦੇ ਵਿੱਚ ਉਹਨੇ ਕੰਮ ਚਾਲੂ ਕੀਤਾ। ਜਦੋਂ ਪ੍ਰੀਤ ਪੈਲਸ ਵਿੱਚ ਬੈਂਕਰ ਹਾਲ ਵਿੱਚ ਡਿਨਰ ਹੋਇਆ ਸੀ, ਆਪਾਂ ਗੱਲਾਂ ਬਾਤਾਂ ਕਰਦੇ, ਤੁਸੀਂ ਪਹਿਲਾਂ ਐਥਲੈਟਿਕ ਦੇ ਵਿੱਚ ਸੀਗੇ ਅਤੇ ਹਾਕੀ ਵਾਲਾ ਕਦੋਂ ਆਏ, ਦੌੜਨਾ ਕਦੋਂ ਸ਼ੁਰੂ ਕੀਤਾ, ਖੇਡਣਾ ਕਦੋਂ ਸ਼ੁਰੂ ਕੀਤਾ? ਦੇਖੋ ਜੀ, ਮੇਰੀ ਜਿਹੜੀ ਲਾਈਫ ਸੀਗੀ, ਸਵੇਰ ਨੂੰ ਬਜ਼ੁਰਗ ਸਾਰੇ ਮੈਨੂੰ ਠਾ ਦਿੰਦੇ ਸੀਗੇ, ਚੰਗਾ ਜਾ ਦੌੜ, ਵਰਜਿਸ਼ ਕਰ, ਬੈਠਕਾਂ ਕੱਢ, ਬਦਾਮ ਖਾ, ਦੁੱਧ ਪੀ, ਆਹ ਚੀਜ਼ਾਂ ਕਰ, ਅਤੇ ਜਾਂਗੀਆਂ ਲਾਉਂਦੇ ਸੀ ਮੈਨੂੰ ਜਾਂਗੀਆਂ ਦਾ, ਉਦੋਂ ਸੰਤ ਪਤਾ ਨਹੀਂ ਕੀ ਹੁੰਦਾ ਸੀ, ਅਤੇ ਮੈਨੂੰ ਉਹਨੇ ਕਹਿਣਾ ਜਾ ਕਾਕਾ ਦੌੜ, ਉਹ ਉੱਥੇ ਕੁੱਲਦੇ ਸੀ, ਸ਼ੱਕਰ ਸ਼ੁਕਰ ਖਾਂਦੇ ਸੀ, ਉਸ ਟਾਈਮ ਨਾਲ ਮੈਨੂੰ ਉਹਨਾਂ ਨੇ ਆਪਣੀ ਟ੍ਰੇਨਿੰਗ ਦਿੱਤੀ, ਮੈਂ ਦੌੜਨਾ, ਸ਼ਾਮ ਨੂੰ ਦੌੜਨਾ, ਬੈਠਕਾਂ ਕੱਢਣੀਆਂ, ਅਤੇ ਮੇਰੇ ਦਿਲ ਦੇ ਵਿੱਚ ਉਹਨਾਂ ਕਹਿਣਾ ਦਮ ਬਣਾ ਆਪਣਾ, ਅਤੇ ਦਮ ਬਣਾਉਂਦੇ ਬਣਾਉਂਦੇ ਤਾਂ ਮੇਰੀ ਜਿਹੜੀ ਸੀ ਸੁਰਤੀ ਚਲੇ ਗਈ ਸਪੋਰਟਸ ਦੇ ਵਿੱਚ, ਅਤੇ ਮੈਂ ਫਸਟ ਸਰਦਾਰ ਏਸ਼ੀਅਨ ਸੀਗਾ ਕਿ 16 ਸਾਲ ਦੀ ਉਮਰ ਵਿੱਚ ਗੁਰੂ ਮਹਾਰਾਜ ਨੇ ਮੈਨੂੰ ਬਖਸ਼ਿਸ਼ ਕੀਤੀ। ਇੱਕ ਯੁਗਾਂਡਾ ਸਕੂਲ ਓਪਨ ਸਕੂਲ ਦੇ ਵਿੱਚ ਇੱਕ ਈਵੈਂਟ ਸੀਗੀ ਬੜੀ ਵੱਡੀ, ਜਿਹਦੇ ਵਿੱਚ ਸਕੂਲਾਂ ਦੇ ਵਿੱਚੋਂ ਮੈਂ ਹੀ ਇੱਕ ਏਸ਼ੀਅਨ ਸਰਦਾਰ ਸੀਗਾ, ਬੜੇ ਬੜੇ ਉੱਥੇ ਅਫਰੀਕਨ ਤਕੜੇ ਤਕੜੇ ਮਿਲਟਰੀ ਦੇ 6-6 ਫੁੱਟ ਦੇ ਸੀਗੇ, ਤਾਂ ਜਦੋਂ ਇੱਕ ਸਟੇਡੀਅਮ ਹੈਗਾ ਬਗੇਂਬੇ ਦੇ ਵਿੱਚ ਮੈਂ ਗਿਆ, ਮੇਰੀ ਹਜੇ ਦਾੜੀ ਵੀ ਮੇਰੇ ਥੋੜ੍ਹੀ ਜਿਹੀ ਸੀਗੀ, ਤਾਂ ਉੱਦਣ ਜਦੋਂ ਮੈਂ ਗਿਆ ਤਾਂ ਸਾਰੇ ਕਾਲੇ ਹੋਰ ਬੰਦੇ ਉੱਥੇ ਹੱਸਦੇ ਸੀਗੇ, ਇਹ ਜਿਹੜਾ ਹੈਗਾ ਪੰਜਾਬੀ ਜਾ ਕੇ ਇਹ ਤਾਂ ਪਿੱਛੇ ਪਤਾ ਨਹੀਂ ਕਿੱਥੋਂ ਲੈ ਆਉਂਦਾ, ਉਹਨਾਂ ਨੇ ਇੱਕ ਲਿਆਂਦਾ ਕਰ ਲਿਆ। ਉਸ ਦੇ ਵਿੱਚ ਮੈਨੂੰ ਹਾਸਿਲ ਹੋਈ ਗੁਰੂ ਮਹਾਰਾਜ ਦੇ, ਅਤੇ ਮੈਂ ਸਦਾ ਜਦੋਂ ਵੀ ਕੋਈ ਰੇਸ 'ਚ ਗਿਆ ਉਸ ਅਕਾਲ ਪੁਰਖ ਦਾ ਨਾਂ ਲਿਆ, ਸੱਚੇ ਪਾਤਸ਼ਾਹ ਮੇਰੀ ਬੇੜੀ ਪਾਰ ਲਾਏ। ਉਹ ਦਿਨ ਮੈਨੂੰ ਕਦੇ ਭੁੱਲਿਆ ਨਹੀਂ ਕਿ ਜਦੋਂ ਉਹਨਾਂ 'ਚ ਮੈਂ ਬੈਠਿਆ ਜਾ ਕੇ, ਅਤੇ ਉਸ ਦੇ ਵਿੱਚ ਮੈਨੂੰ ਨਹੀਂ ਪਤਾ ਕਿੱਥੋਂ ਉਹ ਮੇਰੇ ਲੱਤਾਂ 'ਚ ਤਾਕਤ ਆਈ, ਕਿੱਥੋਂ ਆਈ, ਲੇਕਿਨ ਮੈਂ ਉਸ ਦਿਨ 10 ਸੈਕਿੰਡ ਦੇ ਵਿੱਚ ਫਸਟ ਰੇਸ ਇਹਨਾਂ ਨੂੰ ਜਿੱਤਿਆ, ਅਤੇ ਉਹ ਕਾਲੇ ਕਹਿੰਦੇ ਇਹਦੇ ਕੋਲ ਕੋਈ ਦਵਾਈ ਆ, ਕੋਈ ਜਾਦੂ ਆ, ਨਾ ਮੇਰੇ ਕੋਲ ਜਾਦੂ ਸੀ ਨਾ ਮੇਰੇ ਕੋਲ ਦਵਾਈ ਸੀ, ਇਹ ਤੁਹਾਡੀ ਦਿੱਤੀ ਹੋਈ ਤਾਕਤ, ਇਹ ਤੁਹਾਡੀ ਆਸ਼ੀਰਵਾਦ ਦੇ ਨਾਲ ਮੈਂ ਉਹ ਸਪ੍ਰਿੰਟਰ ਸੀਗਾ, ਸਪ੍ਰਿੰਟਰੀ ਚਾਲੂ ਕਰ ਦਿੱਤੀ। ਸੋ ਸਪ੍ਰਿੰਟਰ ਦੇ ਵਿੱਚ ਗੱਲਬਾਤ ਕੀਤੀ ਜਾਵੇ, ਬੰਦੇ ਡਰਦੇ ਨੇ, ਕਿਉਂਕਿ ਜੇ ਐਥਲੀਟ ਦੀ ਗੱਲਬਾਤ ਕਰੀਏ ਮੋਸਟਲੀ ਜਿਹੜੇ ਅਫਰੀਕਨ ਲੋਕ ਹਨ ਉਹ ਜਿੱਤਦੇ ਹਨ, ਉਹਨਾਂ ਦੇ ਮਸਲ ਉਸ ਟਾਈਪ ਦੇ ਬਣੇ ਹੋਏ ਹਨ, ਤੁਸੀਂ ਕਿੱਦਾਂ ਸੋਚਿਆ ਵੀ ਤੁਸੀਂ ਐਥਲੀਟ ਦੇ ਵਿੱਚ ਰੇਸ ਦੇ ਵਿੱਚ ਅੱਗੇ ਆ ਜਾਓਗੇ? ਮੈਨੂੰ ਦੇਖੋ ਜੀ, ਸਿਆਣਿਆਂ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੇ 'ਚ ਜੇ ਤੁਸੀਂ ਸੱਚੇ ਤਨ ਮਨ ਨਾਲ ਕਿਸੇ ਚੀਜ਼ ਨੂੰ ਤੁਸੀਂ ਹਾਸਿਲ ਕਰ ਸਕਦੇ ਹੋ, ਕੁਛ ਵੀ ਚੀਜ਼ ਹੋ ਜਾਏ ਤੁਹਾਡੇ, ਕੋਈ ਚੀਜ਼ ਨਾਮੁਮਕਿਨ ਨਹੀਂ ਹੈ, ਲੇਕਿਨ ਜੇ ਤੁਸੀਂ ਸੱਚੇ ਸੁੱਚੇ ਬਣ ਕੇ ਅੱਛੀ ਤਰ੍ਹਾਂ ਉਹਦੇ ਵਿੱਚ ਰਹੋ ਤਾਂ ਕੋਈ ਚੀਜ਼ ਦੁਨੀਆਂ 'ਚ ਕੋਈ ਮੁਸ਼ਕਿਲ ਨਹੀਂ ਹੈ। ਸੋ ਰੇਸ ਦੇ ਵਿੱਚ ਤੁਸੀਂ ਰੇਸ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ, ਉਸ ਤੋਂ ਬਾਅਦ ਤੁਸੀਂ ਹਾਕੀ ਦੇ ਵਿੱਚ ਕਿਸ ਤਰ੍ਹਾਂ ਆਏ? ਹਾਕੀ ਦਾ 1948 ਦੇ ਵਿੱਚ ਜਦੋਂ ਇਹ ਮੰਨਾ ਸਿੰਘ ਹੁਣੀ ਉੱਥੇ ਖੇਲਣ ਆਏ ਅਫਰੀਕਾ ਦੇ ਵਿੱਚ ਫਸਟ ਟਾਈਮ ਜਿੰਜੇ ਦੇ ਵਿੱਚ, ਅਤੇ ਬਜ਼ੁਰਗਾਂ ਨੂੰ ਹਾਕੀ ਨਾਲ ਬੜੀ ਲਗਨ ਹੁੰਦੀ ਸੀ ਇਹਨਾਂ ਸਾਰਿਆਂ ਨੂੰ ਕਿ ਸਾਡੇ ਹਾਕੀ ਇੰਡੀਆ ਦੀ ਬੜੀ ਪਾਪੂਲਰ ਹੈ ਕਿ ਤੁਹਾਨੂੰ ਅਸੀਂ ਹਾਕੀ ਪਲੇਅਰ ਹੀ ਬਣਾਉਣਾ, ਸਾਰਿਆਂ ਨੂੰ ਇੱਦਾਂ ਕਰਨਾ। ਸੋ ਉਹਨਾਂ ਦਾ ਜ਼ੋਰ ਜ਼ਿਆਦਾ ਹਾਕੀ ਦਾ ਜ਼ੋਰ ਜ਼ਿਆਦਾ ਸੀਗਾ, ਅਤੇ ਇੱਧਰ ਨੂੰ ਬੰਦੇ ਜਿਹੜੇ ਖੇਲਦੇ ਸੀ ਉਹਨਾਂ ਨੇ ਫਿਰ ਹਾਕੀ ਖੇਲਦੇ ਖੇਲਦੇ ਮੈਂ ਵੀ ਇੱਧਰਲੇ ਪਾਸੇ ਨੂੰ ਨਿਕਲ ਗਿਆ, ਸਪੀਡ ਸੀਗੀ ਹਾਕੀ ਬਾਲ ਚੁੱਕਣਾ, ਅਤੇ ਅਦਰਵਾਈਜ਼ ਜਿਹੜੀ ਮੇਰੀ ਜਿਹੜੀ ਮੇਨ ਚੀਜ਼ ਸੀ ਮੈਂ ਸੋਚਦਾ, ਕਦੇ ਮਿਲਖਾ ਸੋਨਾ ਨੂੰ ਸਪੋਰਟਸ ਪਾਇੰਟ ਦੇਖਦਾ, ਪਾਸ ਪਾਇੰਟ ਦੇਖਦਾ, ਕਦੇ ਬਲਬੀਰ ਸਿੰਘ ਨੂੰ ਦੇਖਦਾ ਸੀਗਾ, ਕਦੇ ਸੋਚਦਾ ਸੀ ਮੈਂ ਬਲਬੀਰ ਸਿੰਘ ਬਣਾ, ਕਦੇ ਸੋਚਦਾ ਮੈਂ ਮਿਲਖਾ ਸਿੰਘ ਬਣਾ, ਕਦੇ ਮੈਂ ਸੋਚਦਾ ਕੁਛ ਐਪ ਬਣਾ, ਲੇਕਿਨ ਐਟ ਦ ਐਂਡ ਆਫ ਦ ਡੇ ਉਹ ਮਾਲਕ ਨੇ ਜੋ ਕੁਛ ਮੈਨੂੰ ਬਣਾਇਆ ਉਹਦਾ ਮੈਂ ਸ਼ੁਕਰ ਗੁਜ਼ਾਰ। ਹਾਕੀ ਖੇਡਣੀ ਕਦੋਂ ਸ਼ੁਰੂ ਕੀਤੀ ਫੀਲਡ ਹਾਕੀ? ਹਾਕੀ ਮੇਰੀ ਸੀਗੀ ਮੈਂ 7 ਸਾਲ ਦੀ ਉਮਰ ਸੀਗੀ, ਉਦੋਂ ਟ੍ਰੇਨਿੰਗ ਕਰਦੇ ਉਸ ਟਾਈਮ ਦੇ ਉੱਤੇ ਹਾਕੀ ਵੀ ਚਲਾਉਂਦੇ, ਲੇਕਿਨ ਉਦੋਂ ਹਾਕੀ ਇਹ ਨਹੀਂ ਕਿ ਮੈਂ ਬਹੁਤ ਤਕੜੀ ਖੇਲਦਾ ਸੀ, ਲੇਕਿਨ ਅਸਲੀ ਹਾਕੀ ਜਿਹੜੀ ਸੀ ਮੇਰੀ ਜਦੋਂ ਸਪ੍ਰਿੰਟਿੰਗ ਤੋਂ ਪਹਿਲਾਂ ਖੇਲਦਾ ਰਿਹਾ ਨਾਲ ਨਾਲ, ਲੇਕਿਨ ਜਦੋਂ 16 ਸਾਲ ਦੀ ਮੇਰੀ ਉਮਰ ਹੋਈ ਆ ਉਦੋਂ ਬਾਅਦ ਦੇ ਵਿੱਚ ਮੈਂ ਜਾਣੀ ਕਿ ਹਾਕੀ ਦੇ ਵਿੱਚ ਪਰਮਾਤਮਾ ਨੇ ਉਹ ਮੈਨੂੰ ਉਹਦੇ 'ਚ ਵੀ ਮੈਨੂੰ ਸਪੀਡ ਅਤੇ ਉਹ ਸਾਰੀਆਂ ਚੀਜ਼ਾਂ ਕੰਬਾਈਨ ਹੋ ਗਈਆਂ ਅਤੇ ਰੰਗ ਚੜ ਗਏ ਸਾਰੇ। ਦੂਸਰੇ ਦੇਸ਼ ਵਿੱਚ ਜਾ ਕੇ ਨੈਟਵਰਕਿੰਗ ਕਰਨੀ ਹੁਣ ਤਾਂ ਸੌਖੀ ਹੋ ਜਾਂਦੀ ਆ, ਫੇਸਬੁੱਕ ਹੈ, ਯੂਟਿਊਬ ਹੈ, ਟਵਿੱਟਰ ਅਕਾਊਂਟ ਹੈ ਸਾਡੇ ਕੋਲ, ਪਰ ਉਸ ਵੇਲੇ ਕੋਚ ਲੱਭਣੇ, ਟੀਮ ਲੱਭਣੀ ਆ, ਕਿਤੇ ਪਾਰਟਿਸਪੇਟ ਕਰਨਾ, ਉਹ ਜਗ੍ਹਾ ਲੱਭਣੀ ਆ, ਕਿੰਨਾ ਕੁ ਔਖਾ ਸਾ ਉਸ ਵੇਲੇ? ਦੇਖੋ ਜੀ, ਜੇ ਮੇਰੇ ਸੱਚ ਪੁੱਛੋ, ਮੇਰੀ ਜ਼ਿੰਦਗੀ ਦਾ ਇੱਕ ਨਿਚੋੜ ਆ, ਔਰ ਮੈਂ ਇਹ ਸਾਰਿਆਂ ਨੂੰ ਜ਼ਰੂਰ ਕਹੂੰਗਾ, ਅਸਲੀ ਮੇਰੇ ਕੋਚ ਸੀਗੇ ਮੇਰੇ ਮਾਂ ਬਾਪ, ਮੇਰੀ ਮਾਂ ਸੀ ਮੇਰੀ ਡਾਇਟੀਸ਼ੀਅਨ, ਮੇਰੀ ਮਾਂ ਸੀ ਮੈਨੂੰ ਤੂੰ ਆਖਾ ਰੱਖਾ, ਮੇਰਾ ਬਾਪ ਸੀ ਮੇਰਾ ਅਸਲੀ ਕੋਚ, ਕਾਕਾ ਆਹ ਕੰਮ ਕਰ, ਉਹ ਡਿਸਪਲਿਨ ਸੀਗਾ। ਅਗਰ ਉਹ ਡਿਸਪਲਿਨ ਦੇ ਵਿੱਚ ਤੁਸੀਂ ਰਹੋਗੇ, ਤੁਸੀਂ ਉਹ ਚੀਜ਼ਾਂ ਕਰੋਗੇ, ਤਾਂ ਤੁਸੀਂ ਅੱਗੇ ਪਹੁੰਚੋਗੇ, ਨਹੀਂ ਤੁਹਾਡਾ ਕੋਚ ਵੀ ਕੁਛ ਨਹੀਂ ਕਰ ਸਕਦਾ। ਉੱਥੋਂ ਤੁਹਾਡੀ ਕੋਚਿੰਗ ਪ੍ਰੋਪਰ ਹੋਣੀ ਚਾਹੀਦੀ ਆ, ਫਿਰ ਤੁਸੀਂ ਉਸ ਚੀਜ਼ ਦੇ ਉੱਤੇ ਗਾਂਹ ਵੱਧਦੇ ਆ। ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਛ ਮੇਰੇ ਵਿੱਚ ਹੈ ਉਹਨਾਂ ਦਾ ਪਾਇਆ, ਉਹਨਾਂ ਦਾ ਚੱਲਿਆ, ਮੈਂ ਅੱਜ ਤੱਕਰ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ, ਹਾਰਵਰਡ ਯੂਨੀਵਰਸਿਟੀ ਹੋਈਆਂ, ਹੋਰ ਯੂਨੀਵਰਸਿਟੀ ਉਹ ਚੀਜ਼ਾਂ, ਲੇਕਿਨ ਮੇਰੇ ਮਾਂ ਬਾਪ ਦੀਦਾਰ ਸਿੰਘ ਸੌਨ ਦੀ ਯੂਨੀਵਰਸਿਟੀ ਦੀ ਹਾਕੀ, ਡਾਇਟੀਸ਼ੀਅਨ ਸਪੋਰਟਸ ਜਾਂ ਹੋਰ ਚੀਜ਼ਾਂ ਮੇਰੇ ਵਿੱਚ ਅੱਜ ਵੀ ਬੁਲੰਦ ਨੇ ਔਰ ਉਹ ਰਹਿਣਗੀਆਂ। ਔਰ ਇਹ ਦੇਖੋ ਅਤੇ ਇਹ ਦੇਖੋ, ਇਹ ਚੀਜ਼ਾਂ ਨੂੰ ਜਿਹੜਾ ਇਨਸਾਨ ਰੱਖੇਗਾ ਉਹਨੂੰ ਕਦੇ ਟੋਟ ਨਹੀਂ ਆਏਗੀ। ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਦੂਸਰੇ ਦੇਸ਼ ਵਿੱਚ ਜਾ ਕੇ ਸੈਟਲ ਹੋਣਾ ਬੜਾ ਔਖਾ ਹੁੰਦਾ, ਫਿਰ ਵੀ ਤੁਸੀਂ ਸਪੋਰਟਸ ਖੇਡੀ ਆ, ਤੁਹਾਡੇ ਫਾਦਰ ਸਾਹਿਬ ਦੀ ਕਾਫੀ ਸਪੋਰਟ ਸੀਗੀ, ਚੰਗੇ ਬਿਜ਼ਨਸਮੈਨ ਸੀਗੇ। ਹਾਂਜੀ, ਇਹ ਉਹਨਾਂ ਦੇ ਬਗੈਰ ਜੇ ਬੜੇ ਮੇਰੇ ਨਾਲ ਹੋਰ ਵੀ ਪਲੇਅਰ ਹੋਣਗੇ, ਤਕੜੇ ਹੋ ਜਾਣੇ ਸੀ, ਹੋਰ ਜਿਹੜਾ ਉਹਨਾਂ ਦੀ ਸਪੋਰਟ ਦੇ ਨਾਲ, ਉਹਨਾਂ ਦੀ ਮਿਹਨਤ ਦੇ ਨਾਲ ਉਹ ਮੈਨੂੰ
तीन घंटे मैं जाने आने गड्डी लगते सी सवेरे उठता सी शरीर तोड़दा सीगा दस पंद्रह बंदा मील दौड़दा सी दुध पीना घ्यो पा के पीना आंडा पा के फलाना तो बादाम खाने बैठका कड़निया हर चीज़ा मेरी लाइफ से मैं कहना तो नहीं चाहिए अगर मेरा चाहता मैं रैसलर बनना या बॉक्सर बनना कोई भी चीज़ बनना बन सकता सी लेकिन मैं परमात्मा ने जब मेरे माँ बाप ने जो मैं बनाया मैं उन्होंने देन नहीं दे सकता और जो थोड़े सारे संबंधी मैं सुनने वाले इतने मेरे कई दोस्त बैठे पुराने जोड़े मैं देख ले होंगे उन्होंने दात है वो मेरे सपोर्टर होंगे अज वो याद करते होंगे पुराने थोड़ा मतलब थोड़ा किया थोड़े सामने आ लेकिन जो कुछ मैंने दिता वो तुम दिता हो अपनी सिलैक्शन बारे दसो टीम बारे दसो कि ओलंपिक जाना खेलना इन्ना कोई सौखी खेड है नहीं स्पैशली दूसरी कंट्री के जाके युगांडा के जाके खेडे हाँ तो अपनी टीम बारे दसो कि टीम कट्ठी हुई कौन थोड़ा कोच सगा साडा जी उस टाइम के उत्ते अजमेर सिंह मथारू साढ़े इंडिया तो बड़े पॉपुलर साढ़े प्लेयर थे उदा भी उन्होंने सानू ट्रेनिंग कराई उन्होंने मुल्कों के अपने जोड़े सरदार से उन्होंने हॉकी के बड़ा अच्छा उन्होंने यानी कि रिजल्ट और बड़े हर रोज़ बड़ी अच्छे तकड़े से जो इंडिया के तो उन्होंने सानू ट्रेनिंग वगैरह कराई उन्होंने साढ़े जोड़े हॉकी के साडे रजिंदर संधु साडा एक अजैब सिंह होनी होर सारे अच्छी टीम बना के ओलंपिक गए हैं साढ़े सरदारा दीम के अठ अठ सरदार होंगे सके जी और सरदारा दे इस तरह मुछा तो उन्होंने इस तरह रुमाल बने हुए तो जदों जाना इदा लगता है घर बंद किसी को पता नहीं लगता कि इंडिया की टीम है युगांडे की टीम है या केनिया की टीम आ लेकिन जो सच मैं पुछो अज मैं थोड़ी गल कहना कि ओलंपिक दे विच जाना ट्रेनिंग जब अभी करनी रातां सौंदे नहीं सी भी कल इन्नी ट्रेनिंग करें कल पता नहीं सवेर टीम च होना पता नहीं होना कि आना खरा कि नहीं आना सो मेरा मतलब कहने का है कि जिंदगी दे विच इस चीज़ के पहुँचना बड़ा 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 मुश्किल हैगा तुसी जदों पहली बारी स्टेडियम विच गए ओलंपिक्स विच पहुँचे किहड़े साल विच पहली गेम खेडी 1972 दे विच असीं पहला ओलंपिक्स गए हाँ जी सानूं उत्थे जर्मनी सी इंडिया सी हो सी इंडिया दे नाल असी एक मैच ड्रॉ किया जर्मन जिहड़े वर्ल्ड चैंपियन होए आ उन्हां दे नाल साडा मैच ड्रॉ होया असी पहला गोल किया उन्हां सामने ते लास्ट विच शॉट कॉर्नर दा उन्होंने साडे सामने गोल किया पाकिस्तान दी टीम बड़ी तकड़ी सी उन्हां अगे भी असी पहला गोल किया और पाकिस्तान दे कोलों असी 3-1 ते हारे उन्हां दे शॉट कॉर्नर स्पैनिश स्पैशलिस्ट गए असी पहली दफ़ा ओलंपिक्स गए सीगे साडी टीम यंगेस्ट टीम सी लेकिन साडी फॉरलैंड वन ऑफ द फास्टेस्ट फॉरलैंड सी और जे सानूं पहला किते होर अनुभव मिलिया हुंदा जे असी पहला किते होर ओलंपिक गए हुंदे असी होर भी अच्छा प्रदर्शन करदे लेकिन साढ़े तो एक बड़ा वड्डा प्रैशर सीगा एक तो सानू जो युगांडा चो निकले हाँ उतो हरे प्राइम जरा ईदी मीन से उन्हें अनाउंस करता कि इतने एशिया में जाना पैना सैकंडली एक बड़ी वड्डी दुर्घटना हो गई सी ओलंपिक दे विच तुहानू पता है उस टाइम दे उत्ते इक ओह साढ़े ते आ गया तीसरी चीज़ मैनू बड़ा वड्डा इफेक्ट होया क्योंकि मैं ही एक टीम दे विच सारिआं चों बिजनेसमैन ते स्पोर्ट्समैन दे विच सीगा जिहड़ा कि बिजनेसमैन सब तो वड्डा धक्का लगा तो वह सारिया चीज़ों का प्रैशर साढ़े ते पै के पर फिर भी अंडर द सरकमस्टांसिस वी डिड वेरी वेल साड़ी गलबात चल रही है ओलंपियन मलकीत सिंह दे नाल 1972 विच ओलंपिक्स गेम विच खेड रहे सन फील्ड हॉकी दी इन्हां दी टीम सीगी सो फील्ड हॉकी विच इन्हां ने अपनी जिहड़ी प्राप्ति कीती उहदी गलबात चल रही हैं सानू बड़ी खुशी हुंदी है इधर चंगे इंसानां नूं मिल के कोई ना कोई होर बंदा चंगा काम करन लग पैंदा जिद्दां इन्हां ने दस्सिया इह वी फोटोआं देखदे सीगे मिलखा सिंह दी फोटोआं देखदे मैं भी कुछ ना कुछ बनना चाहुंदा कदे मिलखा सिंह नूं मिले आ हांजी मिलखा सिंह नूं मिले आ मिलखा सिंह नहीं मिलखा सिंह ते मलकीता सिंह जी मिलखा ते कीता मिलखे वर्गियां जाना उन्हां मावां ने जिन्हां ने इन्हां जन्म दिता उन्हां दे में आफरीन जाना लेकिन मैं एक चीज़ जरूर कहंगा कि लाइफ दे विच जदों हुण असीं इत्थे आए हाँ पहला जदों बेन जॉनसन ने आना सी मैं पिछे दौड़ना चालू कर दिता सी इत्थे ते मैं मिलखे दा नाम लिया मुड़के मिलखे आ गया मैं अच्छ मिलके मिलका मेरा मिलखा आ गया उधरों मैं इधरों करया उधरों मेरे बैन मेरा आया बैन दौड़ा आया तो बैन भी थोड़ा पता कि कैनेडियन का अपना टॉप स्प्रिंटर थोड़ा ओलंपियन तो अंदर जाके उसमें लैके आए हाँ तो जिहड़ी चीज़ नूं कदे तुसीं जिंदगी सच्चे दिल नाल याद करोगे फरियाद करो तुहानूं मिलेगी टाइम लगेगा लेकिन मिलेगी जरूर हारो ना जिदा मैं थोड़ा दसदा कि कदे जिंदगी किसी चीज़ का हार ना मनो एना मुल्क जान के बंद पुछो तुम स्पोर्ट्समैन नहीं बने साढ़े जो स्ट्रैस बड़ा यार जे थोड़े से इन्होंने मुल्कों से स्ट्रैस आ जे इन्होंने मुल्कों आ के तुम गरीब रहे कितने जाके थोड़ा स्ट्रैस मुकू तो कितने जाके तुम अमीर होवोगे
है तुम कहते नहीं इंडिया के स्पाश आ यार स्पाश टीम च होएगी कोई कुश्ती करो कोई बॉक्सिंग का करो कोई एथलैटिक्स करो कितने करो इन्ने विटामिन इन्ना कुछ आ सू मावं ने दुध पिला के अपने बदम खिला के सू ट्रेनिंग करा के आलू वाले परौंठे होर चीज़ा खिला के असि इस तक पहुँच गए अज तो मुंडा कोई अच्छे बंदे बैठे आ उन्होंने एक जोबन च ताकत है नहीं वो गड्डिया ले फिरते हैं गड्डी वड्डी वड्डी रहते गड्डी तो इतों तुर के जाना हों उन्होंने सह चढ़ जाता साढ़े वर्ग अज इन्ने हो गए 15 मेरे देखो ग्रैंड चिल्ड्रन आ बच्चे आ होर ग्रैंड डॉटर उन्होंने हॉकी खिलाई हॉकी इंग्लैंड दे विच खेली टॉर्च बैरियर हुई लेकिन यह नहीं कहता गुरु महाराज की देन आ हर चीज़ा करो डॉक्टर इंजीनियर भी बनो पर एक अपनी ट्रेनिंग करो एक गुरु महाराज का नाम लाओ तो कोई सारा मिक्स संतान रहा 1972 के ओलंपिक्स तो बाद होर कि गेम खेडे कितने कितने खेडे 1972 के विच जो असं आए हैं तो वापस युगंडे गए हैं बलजिंदर जी सानू युगंडा छड़ना पै गया जी युगंडा छड के सानू इंग्लैंड आना पे इंग्लैंड आ गए जिंदगी दे विच दसवें पातशाह गुरु गोबिंद सिंह जी हुणे जो माशी वाले जंगल जिदा गए से यूनो सहनशाह का सहनशाह फकीर का फकीर असी भी जिंदगी दे विच ओ गुरुआं दे वांग असी भी एक ऐसी जगह ते आण के असी पटका गए से अच्छे लाइफ विच साडी जिंदगी सानू सब कुछ फिर वापस चालू करना पिया घर बार मकान चीज़ा हर चीज़ा छड्डियां कदे हत्थी कम नहीं सी कीता होया माँ बाप दे कमां दे रोटी खादे यानी कि असी वो दिन उन्होंने कदे भुल नहीं सकते अज तिकर मैं सवेरे अर्ली उठना मैं कदे नहीं सोचा कि मैं ठीक कारण की सी तुसी गंडा छड्या सॉरी फिर दी फिर कारण की सीगा तुसी अपना देश छड़ गए युगंडे दे विचों सानू ईदी मेन ने अनाउंस कर दिता कि सारे एशिया नू जाना पैना जी अच्छा लेकिन वो सानू उन्हें एग्जामिशन देती सी रहने जो ओलंपियन सके लेकिन जिंदगी दे विच जगह उ आबाद होंगी जिते अपने रहन बैठन उठन जिते कले पैसा मकान वो चीज़ा नहीं चाहिए बंदियां दे नाल जहान आ ते ओ जो सारे जा रहे सी ते उन्हां दे विच असी भी सारे साडे कई मेरे भरा कैनेडा आ गए सो जिस देश दे विच तुसी पहुंचे सब कुछ प्राप्त किया उस देश दे लई तुसी ओलंपिक्स विच खेडे उस देश दा नाम उच्चा किया ते ओही देश कह रहा भी एशियन सारे इत्थों बाहर जाण ओ जी कोई ऐसी गल हुंदी आ कि जिदा एक माँ दे बच्चे हुंदे आ चार पांच पुत्तर हुंदे आ एक पुत्र हुंदा ओदी अपनी तवी सारे इको जिके नहीं हुंदे सो एक पुत्र ना बनांदा एक पुत्र ना टाउंदा एक पुत्र पैसे बनांदा एक पुत्र खर्चा करांदा सो इस करके एक एक लीडर ऐसा आ गया जिंदगी दे बंदे माड़े नहीं सी कोई जगह माड़ी नहीं सी अज हसदे वसदे वापस भी मैं गया लेकिन वो जिहड़ा मौका आया वो मौके दे विच साडा ईदी अमीन आ गया उसने फैसला लै लिया ते उस करके ये चीज़ हुई है लेकिन बंदे माड़े युगंडे माड़े नहीं मेरे वास्ते अज भी वह जी जगह जिते मेरा जन्म होया जो जिंजा वो हैगा वो मेनू अमृतसर वांगू ही हाँ 1972 तो बाद जो देश छड़ना पाया मुड़ के इंग्लैंड पहुँच गए थोड़ा कितने इंडिया ने नहीं अप्रोच किया जो होर देश कंट्रीज ने अप्रोच किया साढ़े देश में जाके रहो तो ना हॉकी खेडो साड़ी जी जे अगर ये चीज़ साढ़े इंडिया के चीज़ा हो तो साड़ी इंडिया की हॉकी अच्छ सफर ना करे साड़ी इंडिया के इन्ना टैलेंट आ इन्ना कुछ हैगा पर जिंदगी दे विच जिहड़ी ऑर्गनाइजेशन जिदा तुसी अपने मुँह गल की इस चीज़ की साड़ी बड़ी वड्डी घाट आ पिछले साल मैं जाके आया सारे प्लेयर मिल के आया तकड़े तकड़े पुराने पुराने बंदे मिले आ होर सारे बंदे मिले आ पर मैं एक चीज़ जरूर कहूँगा लाइफ के कि इंडिया से कोई घाटा नहीं है किसी गल का टैलेंट बड़ा पर टैलेंट हैगा लेकिन ऑर्गनाइजेशन जो अगे लिया वो राइट बंदे नहीं है कहते हैं इंडिया एडवांस हो गया जिते इतने वर्गिया कंट्रियां जो पता लग जाए कोई कितने मुंडा तगड़ा खेलता या कोई टीम तगड़ी खेलती वो मीटिंगा करते पुछते सलाह लेंगे भी तुम कि ओलंपिक पहुँचे तुम कि ट्रेनिंग ली है थानू कहीं पूछा नहीं गया भी तुम इन्हें घरों बहर हो के भी इन्नी प्रैक्टिस करके भी ओलंपिक्स में पहुँच गया भी साड़ी टीम नहीं पहुँच सकी कहीं इंडिया की टीम ने संपर्क किया भी सानू अपनी सलाह देवो नहीं सानू इस तक कदम उन्होंने अप्रोच नहीं किया ना किसी ने सानू किया अभी सूट क्यों बोलीए लेकिन उदू अलावा गुरु महाराज के शुक्रगुजार दे नाल जे मैं ये कहूँगा कि मेरे बच्चे जिनी मेरे को हैसीयत सी मैं उन्होंने दिता मेरी बच्ची खेली आ ओलंपिक या मेरे बच्चे ने टॉप बैरे हुई मेरी ग्रैंड डॉटर हैगी क्रिकेट च गई आ मेरा पुत्र रविंद्र पाल सिंह सौन पृथ्वी मेरे बच्चे का नाम एक पृथ्वीपाल नाम रखा पृथ्वीपाल मेरा बड़ा अच्छा दोस्त है उन्होंने ना ही पृथ्वीपाल सिंह दिता है सो इस करके मैं ये कहूँगा जिन्ना जिन्ना मेरे को सगा मैं उन्होंने पास किया और अज मैं इतने थोड़े हजूरी कल तुम देखे आप इकट्ठे हुए हैं थोड़े बारे मैं होर पूछना चाहता थोड़े परिवार बारे भी आप गलबात करते हैं थोड़े सारे मित्र दोस्त ओलंपियन तो जिन्हें भी कोच सन सारे कट्ठे कट्ठे हुए सन किदा लगा मिल के एक जगह कट्ठे हो गए ये सोच लो कि जदों
ਧੀ ਨੂੰ ਵਿਆਹੁੰਦੇ ਆ ਜਦੋਂ ਧੀ ਤੁਰ ਜਾਂਦੀ ਆ ਅਤੇ 50 ਸਾਲ ਬਾਅਦ ਮਾਵਾਂ ਧੀਆਂ ਦੇ ਮੇਲ ਹੁੰਦੇ ਆ ਜਿੱਦਾਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਉਹ ਗਾਣੇ ਗਾਉਂਦੀਆਂ ਸੀਗੀਆਂ ਉਸ ਤਰ੍ਹਾਂ ਦੇ ਮੇਲ ਹੋਏ ਆ ਇਹ ਮੇਲ ਦੇ ਬਾਰੇ ਮੈਂ ਆਪਣੇ ਅੱਖਰਾਂ 'ਚ ਬਿਆਨ ਵੀ ਨਹੀਂ ਕਰ ਸਕਦਾ ਕਿ ਜਿਹੜੀਆਂ ਰੂਹਾਂ ਜਿਹੜੇ ਬੰਦੇ 40-40-50 ਸਾਲ ਬਾਅਦ ਇਸ ਈਵਨਿੰਗ 'ਚ ਮਿਲੇ ਆ ਜਿਹੜੇ ਕਿ ਬੰਦੇ 80-80 ਸਮੇਤ ਤੋਂ ਵੀ ਸੀਨੀਅਰ ਨੇ ਮੈਂ ਤਾਂ ਉਹਨਾਂ ਦਾ ਬੱਚਾ ਹਾਂ ਜਿਹੜੇ ਕਿ 80-80 ਸਾਲ 4-4 ਓਲੰਪੀਅਨ ਖੇਲੇ ਸਾਰੀਆਂ ਰੂਹਾਂ ਇਕੱਠੀਆਂ ਹੋਈਆਂ ਜਿਹਦੇ ਕਿਸੇ ਨੂੰ ਮਿਲੇ ਨਹੀਂ ਮੈਂ ਉਹਨਾਂ ਦੇ ਵਾਸਤੇ ਆ ਨੇਮ ਟੈਗ ਸਾਰਿਆਂ ਲਈ ਬਣਾਏ ਸੀਗੇ ਕਿਉਂਕਿ ਇੰਨੇ ਟਿਰਬਾ ਸਾਰਿਆਂ ਨੇ ਮਿਲਣਾ ਕਿਸੇ ਨੂੰ ਪਛਾਣਨਾ ਔਖਾ ਮੈਂ ਤੁਹਾਨੂੰ ਦੱਸ ਦੇਵਾਂ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਓਲੰਪੀਅਨ ਮਲਕੀਤ ਸਿੰਘ ਅਤੇ ਇੰਗਲੈਂਡ ਵਿੱਚ ਰਹਿੰਦੇ ਹਨ ਅਤੇ ਇਹਨਾਂ ਨੇ ਉਪਰਾਲਾ ਕੀਤਾ ਕਿਉਂਕਿ ਜਿਹੜੇ ਪੁਰਾਣੇ ਇਹਨਾਂ ਦੇ ਮਿੱਤਰ ਦੋਸਤ ਪਲੇਅਰ ਜਾਂ ਜਿਹੜੇ ਇਹਨਾਂ ਨਾਲ ਖੇਡੇ ਸੀਗੇ ਬਹੁਤ ਸਾਰੇ 4-ਟਾਈਮ ਓਲੰਪੀਅਨ ਅਵਤਾਰ ਸਿੰਘ ਜੀ ਹੁਣੀ ਜਿਹੜੇ ਇਹਨਾਂ ਨੂੰ ਇਕੱਠੇ ਕਰਕੇ ਇੱਕ ਜਾਂ ਇਕੱਠੇ ਕਰਕੇ ਇੱਥੇ ਸਾਡੇ ਪ੍ਰੀਤ ਪਹਿਲੇ ਬੈਂਕਰ ਹਾਲੇ ਪਹੁੰਚੇ ਬਹੁਤ ਵਧੀਆ ਡਿਨਰ ਅਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਉੱਥੇ ਮਿਲਿਆ ਬੈਨ ਜੌਨਸਨ ਵੀ ਪਹੁੰਚੇ ਹੋਏ ਸਨ ਸੋ ਇੱਕ ਓਲੰਪੀਅਨ ਦਾ ਮੈਂ ਡਿਨਰ ਹੀ ਕਹਿ ਸਕਦਾ ਸੀਗਾ ਸੋ ਤੁਸੀਂ ਇੰਨੇ ਸਾਲਾਂ ਬਾਅਦ ਇਕੱਠੇ ਹੋਏ ਕਿੱਦਾਂ ਦੀ ਫੀਲਿੰਗ ਸੀਗੀ ਫੀਲਿੰਗ ਮੈਂ ਆਪਣੇ ਅੱਖਰਾਂ 'ਚ ਬਿਆਨ ਨਹੀਂ ਕਰ ਸਕਦਾ ਕਿ ਜੋ ਕੁਛ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਉਦਣ ਪੈਸਾ ਆ ਜਾਂਦਾ ਆਉਂਦਾ ਬੰਦਾ ਮੁੜ ਕੇ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ ਮੈਨੂੰ ਜ਼ਿੰਦਗੀ ਦੇ ਵਿੱਚ ਮੈਂ ਬੜਾ ਇੱਕ ਗਰੀਬ ਇਨਸਾਨ ਲੇਕਿਨ ਜਿੱਦਣ ਮੇਰੇ ਕੋਲ ਸਾਰੇ ਆਏ ਆ ਮੈਂ ਲੱਖਾਂ ਪਤੀ ਕਰੋੜਾਂ ਪਤੀ ਹੋ ਗਿਆ ਮੇਰੀ ਪਿਆਸ ਬੁੱਝ ਗਈ ਮੇਰੀ ਜਿਹੜੀ ਭੁੱਖ ਸੀ ਮੈਂ ਭੁੱਖ ਸੀ ਮੇਰੀ ਪੂਰੀ ਕਰਤੀ ਮੈਂ ਉਸ ਸਿਰਜਣਹਾਰ ਦਾ ਦੇਣਦਾਰ ਹਾਂ ਜਾਂ ਜਿੰਨੇ ਮੈਂ ਇਨਵਾਈਟ ਕੀਤੇ ਬੰਦੇ ਜਿੰਨੇ ਬੰਦੇ ਆਏ ਆ ਇੱਕ ਵੀ ਡਿਕਲਾਈਨ ਨਹੀਂ ਆਈ ਔਰ ਜਿਸ ਤਰ੍ਹਾਂ ਅਸੀਂ ਮਿਲੇ ਆਪਸ ਦੇ ਵਿੱਚ ਉਹ ਖੁਸ਼ੀ ਦਾ ਦਿਨ ਸੀ ਸਾਰੇ ਓਲੰਪੀਅਨ ਇਕੱਠੇ ਹੋਏ ਪ੍ਰੀਤ ਪੈਲੇਸ ਬੈਂਕਰ ਹਾਲ ਦੇ ਵਿੱਚ ਕੋਈ ਹੈਲਾਫੈਕਸ ਤੋਂ ਆਇਆ ਕੋਈ ਕੈਲਗਰੀ ਤੋਂ ਆਇਆ ਕੋਈ ਕੈਲੀਫੋਰਨੀਆ ਤੋਂ ਆਇਆ ਇਕੱਠੇ ਹੋ ਕੇ ਪੁਰਾਣੀਆਂ ਯਾਦਾਂ ਇਹਨਾਂ ਨੇ ਤਾਜ਼ੀਆਂ ਕੀਤੀਆਂ ਤੁਹਾਡੇ ਮਾਪੇ ਦੀ ਬਹੁਤ ਗੱਲਬਾਤ ਹੋਈ ਹੈ ਤੁਹਾਡੀ ਸੇਵਾ ਦੀ ਬਹੁਤ ਗੱਲਬਾਤ ਹੋਈ ਹੈ ਕਿਉਂਕਿ ਆਪਾਂ ਕੁਝ ਨਾ ਕੁਝ ਕਿਸੇ ਕੋਲੋਂ ਸਿੱਖਦੇ ਹਾਂ ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ ਤੁਹਾਡੇ ਬਾਰੇ ਡਾਕਟਰ ਸਾਹਿਬ ਨੇ ਬਹੁਤ ਕੁਝ ਕਿਹਾ ਗਿੱਲ ਸਾਹਿਬ ਸਨ ਜਿਵੇਂ ਨਹੀਂ ਇਹ ਗਲਤ ਹੋਵਾਂ ਅਤੇ ਉਹਨਾਂ ਨੇ ਕਿਹਾ ਵੀ ਜਿੱਦਾਂ ਤੁਸੀਂ ਮਾਪੇ ਦੀ ਸੇਵਾ ਕੀਤੀ ਆ ਤੁਹਾਨੂੰ ਦੇਖ ਕੇ ਉਹਨਾਂ ਨੇ ਵੀ ਆਪਣੇ ਮਾਪੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਵੀ ਕਰਦੇ ਹਨ ਆਪਣੇ ਮਾਪੇ ਦੀ ਸੇਵਾ ਬਾਰੇ ਦੱਸੋ ਮਾਂ ਜੀ ਮੇਰੀ ਬਚਪਨ ਤੋਂ ਹੀ ਬਿਮਾਰ ਰਹੀ ਆ ਜੀ ਹੋਸਪਿਟਲਾਂ 'ਚ ਰਹੀ ਆ ਅਤੇ ਮੈਨੂੰ ਜ਼ਿਆਦਾ ਬਾਪ ਦੇ ਪਿਆਰ ਦਾ ਪਤਾ ਮਾਂ ਦੇ ਪਿਆਰ ਦਾ ਬਹੁਤ ਘੱਟ ਪਤਾ ਆਪਣੇ ਫਾਦਰ ਨਾਲ ਮੈਂ ਜ਼ਿਆਦਾ ਰਿਹਾ ਅਤੇ ਉਹਨਾਂ ਨੇ ਮੈਨੂੰ ਯਾਨੀ ਕਿ ਜ਼ਿੰਦਗੀ ਦੇ ਵਿੱਚ ਮੇਰੇ ਵਿਆਹ ਛੇਤੀ ਕਰਤਾ ਸੀ ਅਤੇ ਇੱਕ ਚੀਜ਼ ਜ਼ਰੂਰ ਸੀ ਕਿ ਮੇਰੇ ਮਦਰ ਨੂੰ ਰੋਟੀ ਪਾਣੀ ਦੇਣਾ ਫਾਦਰ ਨੂੰ ਦੇਖਣਾ ਨਾਲੇ ਉਹਨਾਂ ਦੇ ਠੇਕੇਦਾਰੀ ਕੰਮ 'ਚ ਰਹਿਣਾ ਨਾਲੇ ਮੈਂ ਉਹਨਾਂ ਦੇ ਰਿਹਾ ਮਾਮਾ ਦੇ ਨਾਲ ਵੀ ਸਾਰੇ ਜਦੋਂ ਇੰਗਲੈਂਡ 'ਚੋਂ ਨਿਕਲ ਕੇ ਸੋਰੀ ਇੰਗਲੈਂਡ ਇੱਥੇ ਆ ਗਏ ਲੰਡਨ ਫਾਦਰ ਉਹਨਾਂ ਨੂੰ ਵੀ ਸਟੋਕ ਲੱਗ ਗਏ ਫਿਕਰ ਦੇ ਵਿੱਚ ਅਤੇ ਉਹਨਾਂ ਦੀ ਪੱਗ ਵੀ ਮੈਂ ਹੀ ਬੰਨਦਾ ਸੀ ਉਹਨਾਂ ਦੀਆਂ ਮੁੱਛਾਂ ਵਗੈਰਾ ਪਾਪਾ ਤੁਸੀਂ ਫਿਕਰ ਨਾ ਕਰੋ ਮੈਂ ਹੈਗਾ ਅਤੇ ਮਦਰ ਮੇਰੀ ਇੱਕ ਹੋਸਪਿਟਲ ਮੇਰੀ ਮਦਰ ਹੁੰਦੀ ਸੀ ਇੱਕ ਹੋਸਪਿਟਲ ਮੇਰਾ ਫਾਦਰ ਸੀ ਇੱਕ ਮੇਰੇ ਆਪਣੇ ਬੱਚੇ ਸੀ ਇੱਕ ਮੈਂ ਹੱਥੀਂ ਕੰਮ ਨਹੀਂ ਕੀਤਾ ਹੋਇਆ ਇੱਕ ਸਾਡਾ ਬੱਚਾ ਮੇਰੇ ਕੋਲ ਉਸ ਟਾਈਮ ਦੇ ਉੱਤੇ ਖਰਚੇ ਦੀ ਬੜੀ ਪ੍ਰੋਬਲਮ ਸੀਗੀ ਕੰਮ 'ਤੇ ਮੈਂ ਦੌੜ ਕੇ ਜਾਂਦਾ ਸੀਗਾ ਬੱਸ ਨਹੀਂ ਸੀ ਛੱਡਦਾ ਕਿ ਖਰਚਾ ਬੱਚੇ ਟ੍ਰੇਨਿੰਗ ਵੀ ਕਰਾਂ ਜੇ ਮੈਂ ਟ੍ਰੇਨਿੰਗ ਕਰਨ ਜਾਂਦਾ ਸੀ ਤਾਂ ਮੇਰੇ ਬੱਚੇ ਭੁੱਖੇ ਮੇਰੇ ਕੋਲ ਪੈਸੇ ਨਹੀਂ ਸੀ ਜੇ ਨਹੀਂ ਜਾਂਦਾ ਸੀ ਜਿਹੜੇ ਮੇਰੇ ਲੈਣ ਉਹਦੇ ਨੂੰ ਲੱਗਦਾ ਇਹ ਓਲੰਪੀਆ ਦਾ ਸਿਰ ਵੱਡਾ ਲੇਕਿਨ ਉਹ ਗੱਲ ਨਹੀਂ ਸੀ ਮੇਰੇ ਬੱਚੇ ਦੀ ਰੋਟੀ ਮੇਰੇ ਮਾਂ ਬਾਪ ਦੀ ਬਿਮਾਰੀ ਹਰ ਚੀਜ਼ ਮੇਰੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਮੈਂ ਸ਼ੁਕਰ ਗੁਜ਼ਾਰ ਹਾਂ ਮੇਰੀ ਘਰਵਾਲੀ ਦਾ ਜਿਹਦਾ ਮੈਂ ਦੇਣ ਮੇਰੇ ਜਿੰਨੀ ਉਮਰ ਹੋਵੇ ਮੇਰੇ ਮੁੜ ਕੇ ਉਹੀ ਘਰਵਾਲੀ ਹੋਵੇ ਕਿ ਜਿਹਨੇ ਮੇਰੇ ਮਾਂ ਬਾਪ ਨੂੰ ਰੱਖਿਆ ਮੇਰੇ ਨਾਲ ਪਾਲਿਆ ਦੇਖਿਆ ਸਾਨੂੰ ਸਾਰੇ ਕੰਮ ਕੀਤਾ ਉਹਨਾਂ ਨੂੰ ਯਾਨੀ ਕਿ ਸਾਨੂੰ 1984-85 ਉਹ ਛੱਡ ਗਏ ਅਤੇ ਜਦੋਂ ਦੇ ਉਹ ਚਲੇ ਗਏ ਮੇਰੇ ਕੋਲੋਂ ਮੇਰੇ ਉਹ ਦੁਨੀਆ ਚਲੇ ਗਈ ਲੇਕਿਨ ਮੈਂ ਇਹ ਕਹਿੰਦਾ ਉਹ ਗਏ ਨਹੀਂ ਆ ਉਹ ਮੇਰੇ ਨਾਲ ਨੇ ਆਹ ਮੇਰੀ ਮਾਂ ਆ ਅਤੇ ਮਾਮਾ ਪਾਪਾ ਜੋ ਕੁਛ ਮੈਨੂੰ ਦਿੱਤਾ ਅੱਜ ਮੈਂ ਇਸ ਤੁਹਾਡੇ ਉਸ ਆਣ ਕੇ ਤੁਹਾਡੇ ਮੂਹਰੇ ਰੱਖਿਆ ਅਸੀਂ ਤੁਹਾਡੀ ਗੱਲਬਾਤ ਕਰਵਾਈ ਆ ਮੁਲਾਕਾਤ ਕਰਵਾਈ ਆ ਓਲੰਪੀਅਨ ਮਲਕੀਤ ਸਿੰਘ ਦੇ ਨਾਲ ਸਾਨੂੰ ਵੀ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਮਿੱਤਰ ਦੋਸਤ ਇਹਨਾਂ ਦੇ ਪਲੇਅਰ ਇਹਨਾਂ ਦੇ ਟੀਮਮੇਟਸ ਪਹੁੰਚੇ ਹੋਏ ਸਨ ਸਾਡੇ ਸ਼ਹਿਰ ਮਿਸਾਗੇ ਦੇ ਵਿੱਚ ਪ੍ਰੀਤ ਪੈਲਸ ਬੈਂਕਰ ਹਾਲ ਦੇ ਵਿੱਚ ਸਾਡੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਇੱਕ ਵਾਰੀ ਜ਼ਰੂਰ ਮੁਲਾਕਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਤੁਹਾਡਾ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਆਸ ਕਰਦੇ ਪਸੰਦ ਕੀਤਾ ਹੋਵੇਗਾ ਦੇਖਦੇ ਰਹੋ ਪੰਜਾਬ ਟੀਵੀ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ